ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਸਭ ਇਲਾਕਾ ਨਿਵਾਸੀ ਸਾਧ ਸੰਗਤ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਰੀ ਸੰਗਤ ਐਨ ਆਰ ਆਈ ਵੀਰ ਮੇਰੇ ਭੈਣ ਭਰਾ ਜਿਨ੍ਹਾਂ ਦੇ ਸੰਯੋਗ ਦੇ ਨਾਲ ਗੁਰਦੁਆਰਾ ਖਖਰੈਨ ਸਾਲਾਨਾ ਸਮਾਗਮ ਮਾਪੁਰਖਾਂ ਦੀ ਯਾਦ ਅੰਦਰ ਸ਼੍ਰੀਮਾਨ ਸੰਤ ਬਾਬਾ ਭਾਈ ਹਰਜੀਤ ਸਾਹਿਬ ਔਰ ਉਹਨਾਂ ਤੋਂ ਵਰਸਾਏ ਹੋਏ ਮਹਾਂਪੁਰਖ ਜਿਨ੍ਹਾਂ ਦੀ ਸਾਲਾਨਾ ਯਾਦ ਸਮਾਗਮ ਸਾਲਾਨਾ ਜੋੜ ਮੇਲਾ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜਿਨ੍ਹਾਂ ਦੀ ਰੈ ਨਮਾਈ ਹੀਟ ਬੜੇ ਹੀ ਪਿਆਰ ਸ਼ਰਧਾ ਭਾਵਨਾ ਦੇ ਨਾਲ ਵਿਦੇਸ਼ਾਂ ਵਿੱਚ ਵਸ ਰੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਵੱਲੋਂ ਔਰ ਇਲਾਕੇ ਦੇ ਮਹਾਂਪੁਰਖਾਂ ਦੇ ਸਹਿਯੋਗ ਦੇ ਨਾਲ ਬੜੀ ਭਾਵਨਾ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ 23 ਜੁਲਾਈ ਨੂੰ ਸ੍ਰੀ ਤੇਰਾ ਅਖੰਡ ਜਾਪਰਾ ਆਰੰਭ ਹੋਏ ਹਨ ਔਰ 25 ਜੁਲਾਈ ਨੂੰ ਜਿਨ੍ਹਾਂ ਦੇ ਭੋਗ ਪਾਏ ਜਾਣਗੇ ਔਰ ਸਲਾਨਾ ਸਮਾਗਮ ਦੇ ਵਿੱਚ ਪੰਥ ਦੇ ਮਹਾਨ ਕਵੀਸ਼ਰ ਰਾਗੀ ਢਾਡੀ ਜਥੇ ਮਹਾਪੁਰਖ ਅਬਿਅੰਤ ਸੰਗਤਾਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰਨ ਦੀ ਆਸ ਸਭ ਸੰਗਤ ਨੂੰ ਬੇਨਤੀ ਹੈ ਮਹਾਪੁਰਖਾਂ ਵੱਲੋਂ ਔਰ ਸਾਰੀ ਮਾਪੁਰਖਾਂ ਦੀ ਸੇਵਾਦਾਰਾਂ ਵੱਲੋਂ ਵੀ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੇਵਾ ਕਰਕੇ ਆਪਣੀਆਂ ਦਸਾਂ ਨਮਾਂ ਦੀਆਂ ਕਿਰਤ ਕਮਾਈਆਂ ਵਿੱਚੋਂ ਦਸਵੰਧ ਕੱਢ ਕੇ ਗੁਰੂ ਕੇ ਲੰਗਰਾਂ ਵਿੱਚ ਭੇਟਾ ਕਰਕੇ ਆਪਣਾ ਜੀਵਨ ਸਫਲ ਬਣਾਓ ਕਿਉਂਕਿ ਜੋ ਉਹ ਮਨੁੱਖਾ ਜਨਮ ਦਾ ਪਰਮ ਯੋਜਨ ਹੈ ਇਹ ਪ੍ਰਭੂ ਪ੍ਰਾਪਤੀ ਹੈ ਤੇ ਪ੍ਰਭੂ ਪ੍ਰਾਪਤੀ ਵਾਸਤੇ ਸਾਡੇ ਸੱਤ ਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਦੋ ਸਿਧਾਂਤ ਬਖਸ਼ਿਸ਼ ਕੀਤੇ ਹਨ ਸੇਵਾ ਔਰ ਸਿਮਰਨ ਦਾ ਔਰ ਜਿਹੜਾ ਸੇਵਾ ਹੈ ਉਹ ਅਸੀਂ ਆਪਣੇ ਤਨ ਨਾਲ ਕਰਨੀ ਹੈ ਸਿਮਰਨ ਕਰਕੇ ਆਪਣੇ ਮਨ ਨੂੰ ਉੱਚੀਆਂ ਬਲੰਦੀਆਂ ਤੇ ਲੈ ਜਾਣਾ ਹੈ ਔਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਵਾੜਾ ਵੱਡਾ ਜੋ ਮਹਾਂਪੁਰਖਾਂ ਦਾ ਅਪਰਾਲਾ ਹੈ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਲੀਡਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਮਹਾਤਮਾ मुਨੀ ਜੀ ਔਰ ਅਨੇਕਾਂ ਮਹਾਂਪੁਰਖ ਜਿਹੜੇ ਹਨ ਜਿਨ੍ਹਾਂ ਨੇ ਵੱਡਾ ਸੰਯੋਗ ਦੇ ਕੇ ਇਸ ਸਾਲਾਨਾ ਸਮਾਗਮ ਕਿਉਂਕਿ ਮਹਾਪੁਰਖ ਜਿਹੜੇ ਹਨ ਸ੍ਰੀ ਮਾਨਸਾੰਤ ਬਾਬਾ ਅਮਰੀਕ ਸਿੰਘ ਜੀ ਸਾਲ ਵਿੱਚ ਸਾਲਾਨਾ ਦੋ ਸਮਾਗਮ ਕਰਵਾਉਂਦੇ ਹਨ ਇੱਕ 25 ਜੁਲਾਈ ਔਰ ਇੱਕ 25 ਜਨਵਰੀ ਨੂੰ ਇਹ ਬੜੀ ਵੱਡੀ ਜਿਹੜੀ ਹੈ ਬਖਸ਼ਿਸ਼ ਹੈ ਮਹਾਪੁਰਖਾਂ ਦੀ ਉੱਤੇ ਸਾਲ ਵਿੱਚ ਦੋ ਸਮਾਗਮ ਕਰਾਉਣੇ ਬੜੇ ਔਖੇ ਹਨ ਔਰ ਇਹ ਸਾਰਾ ਜਿਹੜਾ ਹੈ ਇਹ ਸੰਗਤਾਂ ਦੇ ਸੰਯੋਗ ਨਾਲ ਔਰ ਮਾਪੁਰਖਾਂ ਦੀ ਰਹਿਣ ਨਾਈ ਹੀਟ ਹੋ ਰਿਹਾ ਹੈ ਸਭ ਸੰਗਤਾਂ ਨੂੰ ਮਾਪੁਰਖਾਂ ਦੀ ਵਰਸੀਸ ਲਾਗ ਸਾਲਾਨਾ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਮਾਪੁਰਖਾਂ ਨੂੰ ਵਧਾਈਆਂ ਹੋਣ ਜਿਨ੍ਹਾਂ ਨੇ ਮਾਪੁਰਖਾਂ ਦੀ ਯਾਦ ਅੰਦਰ ਕਿਉਂਕਿ ਇਹ ਜਿਹੜੇ ਅਦਾਸੀ ਮਾਪੁਰਖ ਸੰਤ ਸ੍ਰੀਮਾਨ ਸੰਤ ਬਾਬਾ ਹਰਜੀਤ ਸਾਹਿਬ ਜੋ ਪਾਕਿਸਤਾਨ ਦੇ ਵਿੱਚ ਡੇਰਾ ਸੀ ਤੇ ਸ੍ਰੀਮਾਨ ਸੰਤ ਬਾਬਾ ਧਰਮ ਸਿੰਘ ਜੀ ਜੋ 8ਵੇਂ ਜਾਨਸ਼ੀਨ ਸਨ ਮਾਪੁਰਖਾਂ ਦੇ ਉਹਨਾਂ ਨੇ ਨਗਰ ਖਿਖਰਾਣ ਦੇ ਵਿੱਚ ਆਣ ਕੇ ਇਹ ਵੱਡਾ ਅਪਰਾਲਾ ਕਰਕੇ ਵੱਡੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਖੰਡੇ ਦੀ ਪਾਉਲ ਛਕਾ ਕੇ ਅਨੇਕਾਂ ਮਹਾਪੁਰਖਾਂ ਨੇ ਜਿਹੜੇ ਹਨ ਪਾਠੀ ਸਿੰਘ ਬਣਾਏ ਅਨੇਕਾਂ ਅੱਜ ਵੀ ਮਹਾਪੁਰਖਾਂ ਦੇ ਜਿਹੜੇ ਪਾਠੀ ਸਿੰਘ ਹਨ ਇਸ ਅਸਥਾਨ ਤੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ ਔਰ ਮਹਾਂਪੁਰਖਾਂ ਨੇ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਨੂੰ ਇਹ ਵੱਡੀ ਸੌਂਪ ਸੇਵਾ ਸੌਂਪ ਕੇ ਜੋ ਮਹਾਂਪੁਰਖ ਬੜੇ ਪਿਆਰ ਸਤਿਕਾਰ ਦੇ ਨਾਲ ਸੰਗਤਾਂ ਨੂੰ ਬੇਅੰਤ ਪਿਆਰ ਦੇ ਕੇ ਨਿਭਾਰੇ ਹਨ ਇਸ ਲਈ ਸਭ ਸੰਗਤ ਨੂੰ ਅਪੀਲ ਹੈ ਸਮੇਂ ਸਿਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੇਵਾ ਕਰਕੇ ਸਿਮਰਨ ਕਰਕੇ ਹਰ ਹਰ ਜਸ ਸਰਵਨ ਕਰਕੇ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ